ਬਿਸਮਿਲ੍ਲਾਹਿਰ ਰਹਿਮਾਨ ਰਹੀਮ ਪੂਰੇ ਜਗ ਵਿੱਚ ਵਸਦੇ ਪੰਜਾਬੀ ਪਿਆਰਿਓ ਇਸਾਨ ਬਾਜਵਾ ਬਾਬਾ ਬਾਜਵਾ ਚੈਨਲ ਤੋਂ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤ ਹਾਜ਼ਰ ਹਾਂ ਐ ਸਜਣੋ ਕਾਫੀ ਦੋਸਤ ਸਾਡੇ ਜਿਹੜੇ ਇੰਡੀਆ ਦੇ ਨੇ ਸਿੱਖ ਵੀ ਤੇ ਹਿੰਦੂ ਵੀ ਉਹਨਾਂ ਸ਼ਾਮਲ ਨੇ ਉਹ ਵੇਲੇ ਵੇਲੇ ਕਈ ਚੀਜ਼ਾਂ ਸਾਡੇ ਕੋ ਇਸਲਾਮ ਬਾਰੇ ਵੀ ਪੁੱਛਦੇ ਰਹਿੰਦੇ ਨੇ ਔਰ ਉਹਨਾਂ ਦਾ ਸੀ ਜਵਾਬ ਮੈਂ ਆਪਣੀ ਅਕਲ ਦੇ ਮੁਤਾਬਕ ਦਿੰਦਾ ਰਹਿਣਾ ਤੋ ਅਸੀਂ ਸੋਚਿਆ ਕਿ ਇਹ ਜਿਹੜਾ ਸਿਰਤੁਨ ਨਬੀ ਦਾ ਇੱਕ ਚੈਪਟਰ ਜਿਹੜਾ ਹੈ ਇਹਨੂੰ ਸ਼ੁਰੂ ਕੀਤਾ ਜਾਏ ਇਹਦੇ ਉੱਤੇ ਤਾਂ ਕਿ ਜਿਹੜੇ ਲੋਕਾਂ ਨੂੰ ਨਹੀਂ ਇਹਦੇ ਬਾਰੇ ਜਾਣਕਾਰੀ ਉਹ ਵੀ ਹੋ ਸਕੇ ਤੇ ਸਾਡੇ ਕੋਲ ਜਨਾਬ ਕਾਜ਼ੀ ਅਬਦੁਲ ዳਇਮ ዳਇਮ ਉਹਨਾਂ ਦਾ ਨਾਮ ਹੈ ਇਹ ਬਜ਼ੁਰਗ ਨੇ ਉਹਨਾਂ ਦੀ ਕਿਤਾਬ ਸਿਰਤੁਨ ਨਬੀ ਉੱਤੇ ਤਿੰਨ ਜਿਲਦਾਂ ਦੀ ਆਈ ਸੈਯਦੁਲ ਵਰਾ ਨਾਮ ਤੋਂ ਤੈਨੂੰ ਫੋਲ ਕੇ ਸਾਂ ਵੇਖਿਆ ਤੇ ਬੜਾ ਖੂਬਸੂਰਤ ਢੰਗ ਨਾਲ ਇਹ ਲਿਖਿਆ ਹੋਇਆ ਸੀ ਇਹ ਇਹਦੇ ਚੋਂ ਅਸੀਂ ਕਿਸ ਵਾਰ ਤੁਹਾਡੇ ਨਾਲ ਸੀਰਤਉ ਨਬੀ ਜਿਹੜੀ ਹੈ ਉਹ ਸਾਂਝੀ ਕਰਦੇ ਰਵਾਂਗੇ ਸੱਜਣੋ ਸਾਨੂੰ ਇਹਦੇ ਬਾਰੇ ਤੁਹਾਡੇ ਹੰਗਾਰੇ ਦੀ ਉਡੀਕ ਰਹੇਗੀ ਸਯਦੁਲ ਬਰਾ ਨਾਮ ਦੀ ਤਿੰਨ ਜਿਲਦਾਂ ਦੀ ਕਿਤਾਬ ਜਿਹਦੇ ਚ ਨਬੀ کریم حضرت ਮੁਹੰਮਦ ਸੱਲਲਾਹੁ ਅਲੈਹ ਵਅਲਿਹਿ ਵਸੱਲਮ ਹੋਰਾਂ ਦੀ ਸੀਰਤ ਪਾਕ ਨੂੰ ਇੱਕ ਨਵੇਕਲੇ ਢੰਗ ਨਾਲ ਵੇਖਿਆ ਤੇ ਪਰਖਿਆ ਗਿਆ ਉਹਨੂੰ ਅਸੀਂ ਕਿਸਤ ਵਾਰ ਤੁਹਾਡੇ ਨਾਲ ਸਾਂਝਾ ਕਰਨ ਦਾ ਉਪਰਾਲਾ ਕਰ ਰਹੇ ਹਾਂ ਯਕੀਨੀ ਪੱਖੋਂ ਸਾਡੇ ਵੇਖਣ ਸੁਣਨ ਵਾਲਿਆਂ ਦੇ ਜ਼ਿਹਨ ਵਿੱਚ ਇਹ ਸਵਾਲ ਵੀ ਉੱਠਣਗੇ ਕਿ ਨਬੀ کریم ਹੋਰਾਂ ਦੀ ਪਾਕ ਹਿਆਤੀ ਉੱਤੇ ਇਸ ਤੋਂ ਪਹਿਲਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ ਮੁਰ ਬਾਬਾ ਜੀ ਕਾਜ਼ੀ ਅਬਦਲ ዳਇਮ ਦائم ਹੋਰਾਂ ਨੂੰ ਨਬੀ کریم ਸੱਲੱਲਾਹੁ ਅਲੈਹਿ ਵਅਲਿਹਿ ਸੱਲਮ ਹੋਰਾਂ ਦੀ ਹਿਆਤੀ ਤੇ ਇੰਨੀ ਲੰਮੀ ਚੌੜੀ ਝਾਤ ਪਾਣ ਦੀ ਲੋੜ ਕਿਉਂ ਪਈ ਤਾਂ ਮੇਰੀ ਗੱਲ ਤੇ ਇਸ ਦਾ ਜਵਾਬ ਇਹ ਬਣਦਾ ਵੀ ਜਿਸ ਨੇ ਅੱਲਾਹ ਪਾਕ ਨੇ ਕੁਰਾਨ ਪਾਕ ਵਿੱਚ ਪਰਤ ਪਰਤ ਕੇ ਨਬੀ کریم ਸੱਲੱਲਾਹੁ ਅਲੈਹ ਵਲਿ ਸਲਮ ਹੋਰਾਂ ਦੀ ਵਡਿਆਈ ਕੀਤੀ ਹੈ ਕੁਰਾਨ ਪਾਕ ਵਿੱਚ ਹੋਕਾ ਦਿੱਤਾ ਗਿਆ ਜਿਨ ਨੇ ਰਸੂਲ ਨੂੰ ਦਿਲੋਂ ਮੰਨ ਲਿਆ ਉਹਨੇ ਅੱਲਾਹ ਨੂੰ ਮੰਨ ਲਿਆ ਈਮਾਨ ਲਿਆਓ ਅੱਲਾਹ ਤੇ ਤੇ ਉਹਦੇ ਰਸੂਲ ਤੇ ਜੇ ਤੁਸੀਂ ਅੱਲਾਹ ਨਾਲ ਮੁਹੱਬਤ ਕਰਨਾ ਚਾਹੁੰਦੇ ਹੋ ਤਾਂ ਮੇਰੇ ਰਸੂਲ ਦੀ ਆਖੀ ਮੰਨੋ ਰੱਬ ਦੇ ਰਸੂਲ ਤੁਹਾਨੂੰ ਜੋ ਕੁਝ ਦੇਣ ਉਹ ਲੈ ਲਿਆ ਕਰੋ ਅਤੇ ਗਿੱਤੋਂ ਉਹ ਠਾਕਨ ਉਪਰਤ ਕੇ ਉਧਰ ਵੇਖਿਆ ਵੀ ਨਾ ਕਰੋ ਤੋਂ ਮੇਰੇ ਸੂਲ ਦਾ ਜੀਵਨ ਤੁਹਾਡੇ ਲਈ ਇੱਕ ਉਤਮ ਨਮੂਨਾ ਹੈ ਇਹ ਸਾਰੀਆਂ ਗੱਲਾਂ ਅੱਲਾਹ ਤਾਲਾ ਨੇ ਕੁਰਾਨ ਪਾਕ ਵਿੱਚ ਨਬੀ کریم ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਫਰਮਾਤੀਆਂ ਜਿਸ ਤਰ੍ਹਾਂ ਅੱਲਾਹ ਸੋਣਾ ਇੰਨਾਂ ਸਿਫਤਾਂ ਵਿੱਚ ਕਲਾਕਾਰ ਹੈ ਉਂਜੀ ਨਬੀ کریم ਹੋਰਾਂ ਵਰਗਾ ਨਾ ਕੋ ਹੋਇਆ ਤੇ ਨਾ ਕੋ ਹੋਵੇਗਾ ਇਹ ਤਾਂ ਗੱਲ ਸੀ ਰੱਬ ਦੀ ਜੋ ਉਹਨੇ ਆਪਣੇ ਪਿਆਰੇ ਰਸੂਲ ਦੇ ਬਾਰੇ ਕੀਤੀ ਪਰ ਪਾਕਸਤਾਨੀਆਂ ਨੇ ਵੱਖ-ਵੱਖ ਵੇਲਿਆਂ ਵਿੱਚ ਨਬੀ کریم ਹੋਰਾਂ ਦੀ ਜੋ ਸ਼ਾਨ ਬਿਆਨ ਕੀਤੀ ਏ ਉਹ ਵੀ ਗੌਲਨਯੋਗ ਏ ਯਾਨੀ ਪਾਕਾਂ ਨੇ ਦੱਸਿਆ ਕਿ ਦੋ ਕੁਰਾਨ ਨੇ ਇੱਕ ਕੁਰਾਨ ਤੇ ਉਹ ਜਿਹੜਾ ਲਿਖਤੀ ਸੂਰਤ ਵਿੱਚ ਉਤਰਿਆ ਨਬੀ ਪਾਕ ਦੇ ਉੱਤੇ ਉਤਾਰਿਆ ਗਿਆ ਦੂਜਾ ਉਹ ਇੱਕ ਜੋ ਉਹਨਾਂ ਨੇ ਬੋਲਿਆ ਉਹਨਾਂ ਨੂੰ ਕੁਰਾਨ ਦੇ ਨਾਟਕ ਬੋਲਣ ਵਾਲਾ ਕੁਰਾਨ ਕਿਆ ਗੱਲ ਕਰਨ ਦਾ ਢੰਗ ਤੇ ਮੁਹੱਬਤ ਜੀ ਤਾਨ ਦਾ ਢੰਗ ਵੀ ਹਰ ਬੰਦੇ ਦਾ ਵੱਖਰਾ ਵੱਖਰਾ ਹੈ। سیدুল ਬਰਾਦਾ ਇਹ سلسلہ ਅਸਲ ਵਿੱਚ ਉਹ ਮੁਹabbਤੀ ਲੇਖ ਨੇ ਜੋ حضرت ਬਾਬਾ ਜੀ ਕਾਜ਼ੀ ਅਬਦੁਲ ዳਇਮ ਦائم ਹੋਰਾ ਸਿਰਤੁਨਬੀ ਦੇ سلسلے ਚ ਮਹੀਨਾਵਾਰ ਜਾਮੇ ਇਰਫਾਨ ਵਿੱਚ ਅਪ੍ਰੈਲ 1981 ਤੋਂ ਲੈ ਕੇ ਲਿਖੇ ਅਤੇ ਉਹਨਾਂ ਲੇਖਾਂ ਦੇ ਹਰ ਮੰਨ ਪਿਆਰੇ ਹੋਣ ਪਰ ਉਹਨਾਂ ਨੂੰ ਇਕੱਠਿਆਂ ਕਰਕੇ ਤਿੰਨ ਜਿਲਦੀ ਕਿਤਾਬ ਸੈਦੂਲ ਬਰਾ ਦੀ ਸ਼ਕਲ ਵਿੱਚ ਛਾਪ ਦਿੱਤਾ ਗਿਆ। ਬਾਬਾ ਜੀ ਹਜ਼ੂਰ ਨੇ سیرਤ ਦੀ ਇਹ ਜਿਤਾਬ ਨੂੰ ਨਿੱਕੀਆਂ-ਨਿੱਕੀਆਂ ਸਰਨਾਵਿਆਂ 'ਇੱਥੇ ਬੜੇ ਸੋਹਣੇ ਅਤੇ ਨਵੇਕਲੇ ਢੰਗ ਨਾਲ ਕਾਨੀਬੰਦ ਕੀਤਾ ਹੈ। ਉਹਨਾਂ ਨੂੰ ਅਸੀਂ ਲੜੀਵਾਰ ਤੁਹਾਡੇ ਤਿੱਕਰ ਅਪੜਾਂਦੇ ਰਵਾੰਗੇ। ਬਿਆਨ ਹੈ ਕਿ ਨਬੀ کریم ਦੇ ਵਾਲਦ ਸਾਹਿਬ جناب حضرت ਅਬਦੁੱਲਾ ਜ਼ਬੀਉੱਲਾ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜ਼ਬੀਉੱਲਾ ਕਿਉਂ ਆਖਿਆ ਗਿਆ ਇਹ ਸਰਨਾਮੇ ਤੇ ਕਾਜ਼ੀ ਸਾਹਿਬ ਨੇ ਗੱਲ ਕੀਤੀ ਹੈ। کہ بابا جی لکھتے ہیں بھی نبی کریم دے والد جی دے ہور نال زبی اللہ ویخ کے بندے حیرانی تا ضرور ہے حالاں عام طور تے زبی اللہ تا بس حضرت اسماعیل علیہ السلام ہو سمجھا جاتا رہا ہے پر حقیقت حضرت اسماعیل علیہ السلام وانگر حضرت عبداللہ بھی زبی اللہ نے تا ہی تا نبی پاک ہورہ ਫਰਮਾਇਆ ਸੀ ਮੈਂ ਦੂ ਜ਼ਬੀਆਂ ਦਾ ਪੁੱਤਰ ਹਾਂ ਪਹਿਲੇ ਜ਼ਬੀ حضرت اسماعیل علیہ السلام ਅਤੇ ਦੂਜੇ ਜ਼ਬੀ حضرت عبداللہ ਨੇ حضرت عبداللہ ਦੇ ਜ਼ਬਾ ਕਰਨ ਵਾਲਾ ਵਾਕਿਆ ਵੀ حضرت اسماعیل علیہ السلام ਹੋਰਾਂ ਦੇ ਜ਼ਬਾ ਹੋਣ ਤੋਂ ਘੱਟ ਨਹੀਂ ਪਰ ਇਸ ਗੱਲ ਦੇ ਪਿਛੋਕੜ ਨੂੰ ਗੌਲਣ ਲਈ ਪੁਰਾਣੇ ਵੇਲੇ ਦੀ ਤਾਰੀਖ ਤੇ ਵਰਕੇ ਫੋਲਣੇ ਪੈਣ ਕੇ ਦੂਜਾ ਟਾਪਿਕ ਇਸ ਜ਼ਮਜ਼ਮ ਚਸ਼ਮੇ ਦਾ ਗਵਾਚ ਜਾਣ ਇੱਕ ਵੇਲਾ ਸੀ ਜਦੋਂ ਮੱਕਾ ਤੇ ਜਰਹਮ ਕਬੀਲਾ ਰਾਜ ਕਰਦਾ ਸੀ ਇੱਕ ਕਬੀਲਾ حضرت ਇਸਮਾਈਲ علیہ السلام ਹੋਰਾਂ ਦੇ ਜ਼ਮਾਨੇ ਤੋਂ ਮੱਕੇ ਵਿੱਚ ਆਬਾਦ ਸੀ ਇਹਨਾਂ ਦਾ ਲੋਕਾਈ ਨਾਲ ਵਰਤ ਵਿਹਾਰ ਠੀਕ ਰੱਖਿਆ ਪਹਿਲਾਂ ਤੇ ਉਹਨਾਂ ਨੇ ਬੜਾ ਸੋਹਣਾ ਰੱਖਿਆ ਪਰ ਮਗਰੋਂ ਉਸ ਕਬੀਲੇ ਦੇ ਲੋਕ ਹੌਲੀ ਹੌਲੀ ਬਦਿਆਂ ਦਾ ਬੀ ਬੀਜਣ ਲੱਗ ਪਏ ਉਸ ਵੇਲੇ ਉਸ ਕਬੀਲੇ ਦਾ ਆਗੂ ਮੁਹੰਮਦ ਬਿਨ ਹਾਰਿਸ ਜਰਮੀ ਇੱਕ ਚੰਗਾ ਬੰਦਾ ਸੀ ਉਹਨੇ ਪੂਰੀ ਬਾਤ ਲਾਈ ਕਿ ਉਹਦੇ ਕੁਰਾਏ ਪਏ ਹੋਏ ਲੋਕ ਸਿੱਧੀ ਰਾਤ ਤੇ ਚੜ ਜਾਣ ਪਰ ਉਹਨਾਂ ਲੋਕਾਂ ਨੂੰ ਬਦੀਆਂ ਦਾ ਚਸਕਾ ਲੱਗ ਗਿਆ ਹੋਇਆ ਸੀ ਇਸ ਲਈ ਉਹਨਾਂ ਲੋਕਾਂ ਆਪਣੇ ਆਗੂ ਦੀ ਆਖੀ ਦੇ ਉੱਤੇ ਕੰਨ ਨਾ ਤੜੇ ਉਮਰ ਬਿਨ ਹਾਰਥ ਸੋਚੀ ਪੈ ਗਿਆ ਕਿ ਇਹ ਲੋਕ ਤਾਂ ਪੈਰੋ ਪੈਰ ਬਦੀਆਂ ਦਾ ਬੀ ਬੀਜਦੇ ਜਾਂਦੇ ਨੇ ਜੇ ਇਹਨਾਂ ਦਾ ਇਹੋ ਹੀ ਹਾਲ ਰਿਹਾ ਤਾਂ ਇੱਕ ਦਿਨ ਇੱਥੇ ਰੱਬ ਦਾ ਕਹਿਰ ਜ਼ਰੂਰ ਵਰਤੇਗਾ ਉਹਨਾਂ ਸੋਚਿਆ ਵੀ ਇਸ ਲਈ ਚੰਗੀ ਗੱਲ ਹੈ ਜੀ ਕਿ ਕਾਬਾ ਦੇ ਖਜ਼ਾਨੇ ਵਿੱਚ ਜੋ ਕੋਈ ਸੋਨਾ ਅਤੇ ਹੋਰ ਮਾਲ ਦੌਲਤ ਪਿਆ ਹੈ ਉਹਨੂੰ ਕਿਤੇ ਲਾਂਬੇ ਕਰਕੇ ਇਹ ਮਫੂਜ਼ ਵੱਲ ਰਿੱਤੇ ਕਰਕੇ ਮਫੂਜ਼ ਥਾਂ ਦੇ ਉੱਤੇ ਲੁਕਾ ਦਿੱਤਾ ਜਾਵੇ ਤਾਂ ਕਿ ਇਹ ਜਿਹੜਾ ਕਹਿਰ ਵਰਤਨ ਦੇ ਵੇਲੇ ਖਾਨਾ ਕਾਬਾ ਦਾ ਜਿਹੜਾ ਇਹ ਮਾਲ ਦੌਲਤ ਇੱਕ ਅਮਾਨਤ ਦੀ ਸ਼ਕਲ ਵਿੱਚ ਉਹ ਬਚਿਆ ਰਵੇ ਮੁਰੋਸ ਨੇ ਖਾਨਾ ਕਾਬਾ ਦੇ ਖਜ਼ਾਨੇ ਵਿੱਚ ਜਮ੍ਹਾਂ ਕੀਤਾ ਗਿਆ ਮਾਲ ਜਿਨ੍ਹਾਂ ਵਿੱਚ ਸੋਨੇ ਦੇ ਦੋ ਹਰੰਸਣ ਕੁਝ ਤਲਵਾਰਾਂ ਸਨ ਕੁਝ ਲੜਾਈ ਵੇਲੇ ਪਾਣ ਵਾਲੀਆਂ ਜ਼ਿਰਾਂ ਸਨ ਤੇ ਇਸਰਾਂ ਦਾ ਜਿਹੜਾ ਹੋਰ ਸਮਾਨ ਸੀ ਉਹ ਸਾਰਾ ਕੁਝ ਜ਼ਮਜ਼ਮ ਵਾਲੇ ਖੂਹ ਦੇ ਵਿੱਚ ਦਬ ਦਿੱਤਾ ਉਸ ਕਬੀਲੇ ਦੀਆਂ ਬਦੀਆਂ ਪਰੋਂ ਜ਼ਮਜ਼ਮ ਦਾ ਖੂਹ ਪਹਿਲਾਂ ਹੀ ਸੁੱਕ ਗਿਆ ਹੋਇਆ ਸੀ ਇਸ ਲਈ ਉਸ ਕਦਾਨੇ ਨੂੰ ਉਸ ਖੂਹ ਚ ਰੱਖ ਕੇ ਖੂਹ ਜਿਹੜਾ ਭੁਰ ਦਿੱਤਾ ਗਿਆ ਆਖਰ ਉਹ ਹੀ ਹੋਇਆ ਜਿਸ ਤੋਂ ਉਮਰ ਬਿਨ ਹਾਰਿਸ ਉਹਨੂੰ ਡਰ ਆਉਂਦਾ ਸੀ ਜਦੋਂ ਇਹ ਜੜੀਆਂ ਜਰਹਮ ਕਬੀਲੇ ਦੀਆਂ ਬਦੀਆਂ ਹੱਦੋਂ ਵੱਧ ਗਈਆਂ ਤਾਂ ਖਜ਼ਾ ਕਬੀਲੇ ਦੇ ਲੋਕਾਂ ਇੱਕ ਮੁੱਠ ਹੋ ਕੇ ਜਰਹਮ ਕਬੀਲੇ ਤੇ ਹਮਲਾ ਕਰਕੇ ਜਰਹਮ ਕਬੀਲੇ ਨੂੰ ਹਰਾ ਕੇ ਮੱਕੇ ਦੇ ਉੱਤੇ ਕਬਜ਼ਾ ਕਰ ਲਿਆ ਇਸ ਲੜਾਈ ਵਿੱਚ ਜਰਹਮ ਕਬੀਲੇ ਦੇ ਚੋਖੇ ਜੀ ਮਾਰੇ ਗਏ ਅਤੇ ਜੋ ਬਚ ਗਏ ਉਹ ਜਾਨ ਬਚਾਣ ਲਈ ਯਮਨ ਵਾਲੇ ਪਾਸੇ ਨੂੰ ਨੱਠ ਭੱਜ ਗਏ ਮੁਰ ਇਹ ਹੋਇਆ ਵੀ ਵੇਲੇ ਦੇ ਗੁਜ਼ਰਨ ਦੇ ਨਾਲ ਨਾਲ ਜ਼ਮਜ਼ਮ ਵਾਲੇ ਖੂਹ ਦਾ ਲੋਕਾਂ ਨੂੰ ਕੀਤਾ ਹੀ ਵਿਸਰ ਗਿਆ ਅਤੇ ਕਿਸੇ ਨੂੰ ਉਸ ਖੂਹ ਵਾਲੇ ਥਾਂ ਦਾ ਵੀ ਪਤਾ ਨਾ ਰਹਿ ਗਿਆ ਇਹਨੇ ਕਿਰ ਨੂੰ 500 ਸਾਲ ਲੰਘ ਗਏ ਜਦੋਂ حضرت ابراہیم علیہ السلام ਅਤੇ حضرت اسماعیل علیہ السلام ਹੋਰਾਂ ਦੀ ਮਿਰਾਸ ਦੇ ਵਾਰਿਸ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਅਲਿ ਸੱਲਮ ਹੋਰਾਂ ਦੇ ਜੱਗ ਵਿੱਚ ਜ਼ाहਰ ਹੋਣ ਦਾ ਵੇਲਾ ਨੇੜੇ ਪੁੱਜਿਆ ਤਾਂ ਰੱਬ ਸੋਹਣੇ ਨੇ ਉਸ ਖੂਨ ਨੂੰ ਪਰਤ ਕੇ ਚਾਲੂ ਕਰਨ ਦੀ ਸਬੀਲ ਬਣਾਤੀ ਤਾਂ ਜੋ ਲੋਕਾਂ ਨੂੰ ਪੀਣ ਲਈ ਉਹ ਪਾਕ ਪਵਿੱਤਰ ਪਾਣੀ ਜਿਹੜਾ ਮਿਲਦਾ ਰਵੇ ਤਾਂ ਇਹ ਇੱਜ਼ਤ ਨਬੀ ਪਾਕ ਹੋਰਾਂ ਦੇ ਦਾਦਾ ਜੀ حضرت عبدالمطلب ہوراں نوں ملی تے اوناں راہی اللہ سونے نے صدییاں توں بند ہوئے زم زم والے کھو نوں لوکاں لئی مڑ کے جاری کر دتا حضرت عبدالمطلب اوناں دا خواب ویکھن اے سرنامے کہ حضرت عبدالمطلب جیڑے دادا پاک سن حضرت نبی کریم صلی اللہ علیہ وسلم ہوراں دے اوناں اک خواب ویکھیا اک رات ای اوناں نوں خواب آیا خواب وچ کسے اوناں نوں آکھیا طیبہ نوں پٹو ਉਹਨਾਂ ਪੁੱਛਿਆ ਇਹ ਤੈਬਾ ਕੀ ਹੈ ਕੀ ਸ਼ਾਇਵੇ ਖਾਬ ਵਿੱਚ ਉਹਨਾਂ ਪੁੱਛਿਆ ਪਰ ਜਵਾਬ ਨਾ ਮਿਲਿਆ ਦੂਜੀ ਰਾਤੀ ਖਾਬ ਆਈ ਬਰਾ ਪਟੋ ਉਹਨਾਂ ਪੁੱਛਿਆ ਇਹ ਬਰਾ ਕੀ ਹੈ ਪਰ ਜਵਾਬ ਨਾ ਮਿਲਿਆ ਤੀਜੀ ਰਾਤ ਨੂੰ ਜੋ ਖਾਬ ਵਿੱਚ ਮਦਨੂਨਾ ਨੂੰ ਪਟੰਡਾ ਆਖਿਆ ਗਿਆ ਪਰ ਉਹਨਾਂ ਪੁੱਛਿਆ ਇਹ ਮਦਨੂਨਾ ਕੀ ਹੈ حضرت ਅਬਦਲ ਮੁਤਲਬ ਅਰਬੀ ਜ਼ਬਾਨ ਦੇ ਤਾਂ ਬੜੇ ਵੱਡੇ ਮਾਹਿਰ ਸਨ ਉਹਨਾਂ ਨੂੰ ਇਹਨਾਂ ਤਿੰਨ ਲਫ਼ਜ਼ਾਂ ਦੇ ਮਾਣੇ ਤੇ ਆਉਂਦੇ ਸਨ ਮੂੜੀ ਇੱਕ ਰਾਤ ਸੁਪਨੇ 'ਚ ਉਹਨਾਂ ਨੂੰ ਜ਼ਮਜ਼ਮ ਵਾਲਾ ਖੂਹ ਪਟਣ ਲਈ ਆਖਿਆ ਗਿਆ ਅਬਜ਼ਰਤ ਅਬਦੁਲ ਮੁਤਤਬ ਹੁਰਾਂ ਨੂੰ ਸਾਰੀ ਗੱਲ ਦੀ ਸਮਝ ਆ ਗਈ ਕਿਉਂ ਜੇ ਉੱਤੇ ਦੱਸੇ ਗਏ ਅਰਬੀ ਦੇ ਤਿੰਨੇ ਨਾਮ ਹੀ ਉਸੇ ਖੂਹ ਲਈ ਸਿਫਾਤੀ ਨਾਮ ਸਨ ਔਰ ਉਹ ਵੇਲੇ-ਕਿਲੇ ਵਰਤੇ ਜਾਂਦੇ ਸਨ ਸਵੇਰੇ ਉੱਠ ਕੇ Hazrat Abdul Muttab Huran ਆਪਣੀ ਕੌਮ ਨੂੰ ਦੱਸਿਆ ਕਿ ਉਹਨਾਂ ਨੂੰ ਖਾਬ ਰਾਹੀਂ ਜ਼ਮਜ਼ਮ ਦਾ ਖੂਹ ਲੱਭਣ ਅਤੇ ਉਹਨੂੰ ਰਵਾ ਕਰਨ ਲਈ ਆਖਿਆ ਗਿਆ ਉਹਨੂੰ ਜ਼ਮਜ਼ਮ ਦੇ ਖੂਹ ਨੂੰ ਮਤਲਬ ਇਹ ਬੰਦ ਹੋਇਆ ਸਦੀਆਂ ਲੰਘ ਗਈਆਂ ਉਸਨ ਜਦੋਂ ਮਤਲਬ ਇਹ ਕਿ ਸਦੀਆਂ ਲੰਘ ਜਾਣ ਤੇ ਜ਼ਾਰੇ نسلਾਂ ਤੇ نسلਾਂ ਅੱਗੇ ਚੱਲੀਆਂ ਗਈਆਂ ਕਿਸੇ ਨੂੰ ਉਹਦਾ ਕੇਤਾ ਵੀ ਨਾ ਰਹਿ ਗਿਆ ਲੋਕਾਂ ਪੁੱਛਿਆ ਵੀ ਜ਼ਮਜ਼ਮ ਜਿਹੜਾ ਉਹ ਖੂਹ ਜਿਹੜਾ ਉਹ ਹੈ ਕਿੱਥੇ ਵੇ ਤਾਂ حضرت ਅਬਦਲ ਮੁੱਤਲਬ ਨੇ ਦੱਸਿਆ ਭਈ ਇਹ ਤਾਂ ਨਹੀਂ ਦੱਸਿਆ ਗਿਆ ਲੋਕਾਂ ਜਵਾਬ ਦਿੱਤਾ ਭਈ ਜੇ ਖਾਬ ਸੱਚਾ ਹੋਇਆ ਤੇ ਅੱਲਾ ਦਾ ਹੁਕਮ ਹੋਇਆ ਤਾਂ ਤੋਂ ਨੂੰ ਥਾਂ ਬਾਰੇ ਵੀ ਅਖੀਰ ਦਾਰਸੀ ਦਿੱਤਾ ਜਾਵੇਗਾ ਇਹ ਖਾਬ ਸੱਚਾ ਸੀ ਇਸ ਲਈ ਉਹਨਾਂ ਨੂੰ ਪਰਤ ਕੇ ਫੇਰ ਖਾਬ ਚ ਹੁਕਮ ਹੋਇਆ ਕਿ ਜ਼ਮਜ਼ਮ ਨੂੰ ਪਟੋ ਇਹਨੂੰ ਪਟਣ ਮਗਰੋਂ ਤੈਨੂੰ ਸ਼ਰਮਿੰਦਾ ਨਹੀਂ ਹੋਣਾ ਪਵੇਗਾ ਇਹ ਖੂਹ ਤੇਰੇ ਵੱਢਕੇ ਹਜ਼ਰਤ ਇਸਮਾਈਲ ਅਲੈਹਿਸਲਮ ਹੋਰਾਂ ਦੀ ਵਿਰਾਸਤ ਹੈ ਇਸ ਲਈ ਨਾ ਇਹ ਸੁਕੇਗਾ ਤੇ ਨਾ ਹੀ ਇਹਦਾ ਪਾਣੀ ਘਟੇਗਾ ਸਗੋਂ ਅਨੰਤ ਹਾਜੀ ਇਹ ਪਾਣੀ ਪੀਂਦੇ ਰਹਿਣਗੇ ਔਰ ਇਹ ਜਿਹੜਾ ਇਹਦਾ ਫੈਲ ਜਿਹੜਾ ਹੈ ਇਹ हासिल ਕਰਦੇ ਰਹਿਣਗੇ حضرت عبدالمطلب ਹੁਣ ਪੁੱਛਿਆ ਪਈ ਉਹ ਹੈ ਕਿੱਥੇ ਵੀ ਤਾਂ ਉਹਨਾਂ ਨੂੰ ਖਾਬ 'ਚ ਉਹਨਾਂ ਨੂੰ ਦੱਸਿਆ ਗਿਆ ਭਈ ਜਿੱਥੇ ਕੀੜਿਆਂ ਦਾ ਭਾਂ ਹੋਏ ਤੇ ਕਾਂ ਗੋਏ ਤੇ ਖੂਨ ਵਿੱਚ ਚੁੰਝਾ ਮਾਰਦਾ ਹੋਏਗਾ ਉਸ ਜਗ੍ਹਾ ਤੇ ਪੁੱਟਿਆ ਜੇ ਤੇ ਉਥੋਂ ਖੂਨ ਨਿਕਲ ਆਏਗਾ ਤੋ ਉਸ ਸਵੇਰੇ ਸੌਂ ਕੇ ਉੱਠੇ حضرت عبدالمطلب ਹਰਮ ਵਾਲੇ ਪਾਸੇ ਨੂੰ ਚਲੇ ਗਏ ਜਿੱਥੇ ਖਾਣਾ ਕਾਬ ਹੈ ਤੇ ਉਥੇ ਕੀੜਿਆਂ ਦਾ ਭਾਂ ਤੇ ਉਹਨਾਂ ਨੂੰ ਸੌਖਾ ਹੀ ਲੱਭ ਗਿਆ ਪਰ ਗੋਏ ਅਤੇ ਖੂਨ ਵਿੱਚ ਟੁੰਝਾ ਮਾਰਦਾ ਹੋਇਆ ਕਾਂ ਕਿਤੇ ਨਾ ਲੱਭਿਆ ਉਹ ਇਸੇ ਸੋਚ ਵਿੱਚ ਜੱਕੋ ਤੱਕਿਆਂ ਵਿੱਚ ਪਏ ਹੋਏ ਸਨ ਤੇ ਉੱਥੇ ਬੈਠੇ ਹੋਏ ਸਨ ਤਾਂ ਉਹਨਾਂ ਵੇਖਿਆ ਕਿ ਇੱਕ ਗਾਂ ਇੰਜ ਦੀ ਨੱਠੀ ਆਏ ਜਿਹਦੀ ਜਿਹਦੇ ਗਲ ਨੂੰ ਅੱਧੀ ਕੋ ਛੁੜੀ ਫਰੀ ਹੋਈ ਸੀ ਉਹ ਹਲਾਲ ਕਰਦਿਆਂ ਹੋਇਆਂ ਕਿ ਤੋਂ ਬੰਦਿਆਂ ਦੇ ਕੋਲੋਂ ਛੁੱਟ ਕੇ ਨੱਠ ਪਈ ਸੀ ਪਰ ਉਹ ਗਾਂ ਜਿਹੜੀ ਹੈ ਕੀੜਿਆਂ ਦੇ ਭੌਂ ਦੇ ਨੇੜੇ ਆ ਕੇ ਬੇਤਲ ਹੋ ਕੇ ਡਿੱਗ ਪਈ ਕਿਉਂਕਿ ਉਹਦੀ ਅੱਧੀ ਕੋ ਧੌਣ ਵੱਡੀ ਹੋਈ ਸੀ ਇਨੇ ਚਿਰ ਨੂੰ ਪਿੱਛੋਂ ਲੋਕ ਵੀ ਆਣ ਪੁੱਜੇ ਅਤੇ ਉਹਨਾਂ ਉੱਥੇ ਗਾਂ ਦਾ ਗਾਟਾ ਲਾਇਆ ਤੇ ਉਹਦਾ ਚਮੜਾ ਲਾਇਆ ਤੇ ਉਹਦਾ ਗੋਸ਼ਟ ਕੀਤਾ ਤੇ ਉਹਦਾ ਗੋਆ ਤੇ ਖੂਨ ਤੇ ਆਂਦਣਾ ਚਾਂਦਰਾ ਉੱਥੇ ਛੱਡ ਕੇ ਟੁਰ ਗਏ ਥੋੜੇ ਚਿਰ ਨੂੰ ਕਿੱਟੇ ਸੀਨੇ ਵਾਲਾ ਇੱਕ ਕਾਂ ਜਿਹੜਾ ਉੱਡਦਾ ਹੋਇਆ ਉੱਥੇ ਆਇਆ ਤੇ ਗੋਏ ਤੇ ਖੂਨ ਵਿੱਚ ਟੁੰਝਾਂ ਮਾਰਨ ਲੱਗ ਪਿਆ ਖਾਬ ਵਿੱਚ ਦਸੀਆਂ ਗਈਆਂ ਸਾਰੀਆਂ ਨਿਸ਼ਾਨੀਆਂ ਪੂਰੀਆਂ ਹੋ ਗਈਆਂ ਤੇ ਹਜ਼ਰਤ ਅਬਦਲ ਮੁੱਤਵਰਾਂ ਨੂੰ ਪੱਕ ਹੋ ਗਿਆ ਪਈ ਜ਼ਮਜ਼ਮ ਦੇ ਖੂਹ ਵਾਲੀ ਥਾਂ ਇਹੋ ਹੀ ਹੈ ਪਿਆਰੇ ਸੱਜਣੋ ਇਹ ਸੀ ਬਾਬਾ ਜੀ ਕਾਜ਼ੀ ਅਬਦਲ ዳਇਮ ዳਇਮ ਹੋਰਾਂ ਦੀ ਸੋਧੀ ਸੀ ਤੋਂ ਨਬੀ ਵਿੱਚੋਂ ਪਹਿਲੀ ਲੜੀ ਤੋਂ ਇਹਦੀਆਂ ਅਗਲੀਆਂ ਲੜੀਆਂ ਵਾਰੋ-ਵਾਰ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਰਵਾਂਗੇ ਉਸ ਵੇਲੇ ਤਾਈ ਇਹਸਾਨ ਬਾਜਵਾ ਨੂੰ ਬਾਬਾ ਬਾਜਵਾ ਚੈਨਲ ਤੋਂ ਇਜਾਜ਼ਤ ਦਿਓ ਜਿਉਂਦੇ ਰਹੋ ਖੁਸ਼ ਰਹੋ ਸਲਾਮਤ ਰਹੋ